ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਰਮਨਦੀਪ ਕੌਰ ਸਿੱਧੂ। ਅੱਜ ਅਸੀਂ ਪਿੰਡ ਕਕਰਾਲਾ ਦੇ ਵਿੱਚ ਹਾਂ, ਨਾਭਾ ਦੇ ਕੋਲ। ਅਤੇ ਇਸ ਪਿੰਡ ਦੇ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਜਿਹੜੇ ਆ ਟੋਟਲ 169 ਬੱਚਿਆਂ ਨੂੰ ਅੱਜ ਜਿਹੜੇ ਇੱਥੇ ਸ਼ੂਜ਼ ਦਿੱਤੇ ਜਾਣਗੇ। ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੀ ਜਿਹੜੀ 10,000 ਸ਼ੂਜ਼ ਦੀ ਮੁਹਿੰਮ ਨੂੰ ਇੰਨਾ ਪਿਆਰ ਦੇ ਰਹੇ ਹੋ। ਆਰਾਮ ਨਾਲ ਸਾਡੇ ਜਿਹੜੇ ਕੈਂਪੇਨ ਆ ਉਹ ਸਪੋਂਸਰ ਹੋ ਰਹੇ ਨੇ, ਅਤੇ ਅਸੀਂ ਆਪਣੇ ਜਿਹੜੇ ਟੀਚੇ ਵੱਲ ਜਿਹੜੇ ਆ ਅਸੀਂ ਵੱਧਦੇ ਜਾ ਰਹੇ ਹਾਂ, ਉਹਨੂੰ ਬਾਖੂਬੀ ਜਿਹੜਾ ਵਾ ਕੰਪਲੀਟ ਕਰ ਰਹੇ ਹਾਂ। ਅਤੇ ਬਹੁਤ ਬਹੁਤ ਸ਼ੁਕਰੀਆ ਕੁਲਬੀਰ ਕੌਰ ਜੀ ਅਤੇ ਗੁਰਜਿੰਦਰ ਸਿੰਘ ਜੀ, ਜੋ ਕਿ ਇਸ ਪਿੰਡ ਨੂੰ ਹੀ ਬਿਲੋਂਗ ਕਰਦੇ ਆ, ਜਿਨ੍ਹਾਂ ਨੇ ਇਹ ਕੈਂਪੇਨ ਜਿਹੜਾ ਅੱਜ ਦਾ ਸਪੋਂਸਰ ਕੀਤਾ। ਅਤੇ 169 ਬੱਚੇ ਜਿਹੜੇ ਸਕੂਲ ਦੇ ਜਿਨ੍ਹਾਂ ਨੂੰ ਸ਼ੂਜ਼ ਦੀ ਲੋੜ ਸੀ ਉਹਨਾਂ ਲਈ ਜਿਹੜੇ ਆ ਸ਼ੂਜ਼ ਸਪੋਂਸਰ ਕੀਤੇ ਨੇ। ਸੋ ਦਿਸ ਇਜ਼ ਵਨ ਆਫ ਦਾ ਬਿਗੈਸਟ ਕੈਂਪੇਨ, ਜਿਹੜਾ ਕਿ ਨੋਰਮਲੀ ਸਾਡੇ ਜਿਹੜੇ ਵੱਡੇ ਕੈਂਪੇਨਸ ਹੁੰਦੇ ਆ ਉਹ ਜਿਹੜਾ ਵੱਡਾ ਜਿਹੜਾ ਇਹ ਕੈਂਪੇਨ ਆ, ਬਿਕੋਜ਼ 150-160 ਸ਼ੂਜ਼ ਜਿਹੜਾ 100 ਤੋਂ ਉੱਪਰ ਜਿੱਥੇ ਸ਼ੂਜ਼ ਜਾਂਦੇ ਨੇ ਇਹ ਇੱਕ ਵੱਡੇ ਕੈਂਪੇਨਸ ਨੇ। ਇੱਥੇ ਇਹ ਸਪੋਂਸਰ ਲੱਭਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ, ਅਤੇ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਜਿਹੜਾ ਹੈ ਕਿ ਵਧੀਆ ਜਿਹੜਾ ਕਿ ਆਰਾਮ ਨਾਲ ਸਾਡਾ ਜਿਹੜਾ ਕੈਂਪੇਨ ਹੈ ਉਹ ਤੁਸੀਂ ਸਪੋਂਸਰ ਕਰ ਦਿੱਤਾ। ਅਤੇ ਉਹਨਾਂ ਕੋਲ ਥੋੜ੍ਹਾ ਘੱਟ। ਸੋ ਇਸ ਸਕੂਲ ਦੇ ਵਿੱਚ ਬੜੇ ਲੋੜਵੰਦ ਬੱਚੇ ਨੇ, ਮੋਸਟਲੀ ਜਿਹੜੇ ਬੱਚੇ ਨੇ 95% ਆਫ ਜਿਹੜੇ ਬੱਚੇ ਨੇ ਉਹ ਜਿਹੜੇ ਅੱਜ ਸ਼ੂਜ਼ ਨਹੀਂ ਪਾ ਕੇ ਆਏ ਹੋਏ ਇਸ ਸਕੂਲ ਦੇ ਵਿੱਚ, ਮੋਸਟਲੀ ਬੱਚੇ ਜਿਹੜੇ ਆ ਉਹ ਚੱਪਲਾਂ ਦੇ ਵਿੱਚ ਆਏ ਨੇ ਸਾਰੇ ਹੀ ਬੱਚੇ। ਅਤੇ ਕੁਛ ਬੱਚੇ ਨੇ 5 ਸਟੂਡੈਂਟਸ ਮੈਂ ਬਾਹਰ ਕੱਢੇ ਨੇ, ਹੋਰ ਵੀ ਬੱਚਿਆਂ ਦੇ ਜਿਹੜੀਆਂ ਚੱਪਲਾਂ ਸੀ ਉਹ ਟੁੱਟੀਆਂ ਨੇ, ਜਾਂ ਜੇ ਕਿਸੇ ਇੱਕ ਅੱਧੇ ਨੇ ਸ਼ੂਜ਼ ਪਾਇਆ ਤਾਂ ਉਹਨਾਂ ਨੂੰ ਵੀ ਜਿਹੜੀ ਆ ਲੋੜ ਆ। ਇੱਕ ਬੱਚਾ ਹੈ ਮੇਰੇ ਕੋਲ ਰਾਜਵਿੰਦਰ ਕੌਰ, ਜੋ ਕਿ ਕਲਾਸ ਕਿਹੜੀ ਇਹਨਾਂ ਦੀ, ਪ੍ਰੀ ਨਰਸਰੀ ਆ ਕਿ ਫਸਟ ਨਰਸਰੀ, ਸੋ ਨਰਸਰੀ ਕਲਾਸ ਦਾ ਇਹ ਬੱਚਾ ਹੈ ਕਿ ਜਿਹੜਾ ਨੰਗੇ ਪੈਰੀ ਆਇਆ ਸਕੂਲ। ਕਾਫੀ ਦਿਨਾਂ ਤੋਂ ਇਹ ਬੱਚੀ ਜਿਹੜੀ ਆ ਨੰਗੇ ਪੈਰੀ ਆ ਰਹੀ ਆ ਸਕੂਲ ਦੇ ਵਿੱਚ, ਅਤੇ ਇਹਨੂੰ ਮੈਂ ਪੁੱਛਿਆ ਕਿ ਤੁਸੀਂ ਕਿਉਂ ਨਹੀਂ ਚੱਪਲ ਪਾ ਕੇ ਆਏ, ਅਤੇ ਇਹਦਾ ਨਾਲ ਭਰਾ ਵੀ ਹੈਗਾ ਇੱਕ ਕਜ਼ਨ, ਉਹਨੇ ਵੀ ਮੈਨੂੰ ਦੱਸਿਆ ਕਿ ਇਹਦੇ ਇਸ ਬੱਚੇ ਕੋਲ ਜਿਹੜੀ ਆ ਚੱਪਲ ਵੀ ਨਹੀਂ ਹੈਗੀ, ਅਤੇ ਇਸ ਕਰਕੇ ਚੱਪਲ ਵੀ ਅੱਜ ਨਹੀਂ ਪਾ ਕੇ ਆਇਆ। ਸੋ ਇਸ ਬੱਚੀ ਨੇ ਜਿਹੜੇ ਅੱਜ ਚੱਪਲ ਨਹੀਂ ਪਾਈ ਹੋਈ। ਇਹਨੂੰ ਆਪਾਂ ਸ਼ੂਜ਼ ਦੇਣੇ ਆ, ਹੈ ਨਾ, ਨਵੇਂ ਸ਼ੂਜ਼ ਦਿਖਾਓ ਆਪਣੇ। ਚਲੋ ਹੁਣ ਪਾ ਕੇ ਆਓਗੇ ਰੋਜ਼ ਸ਼ੂਜ਼, ਦਿਖਾਓ ਛੇਤੀ, ਹੱਸ ਕੇ ਦਿਖਾਓ ਬੂਟ ਆਪਣੇ ਨਵੇਂ, ਹੱਸ ਕੇ ਦਿਖਾਓ ਬੂਟ, ਬੂਟ ਦਿਖਾਓ ਕਿੱਦਾਂ ਦੇ ਆ, ਦਿਖਾਓ ਸੋਹਣੇ, ਕੱਢ ਕੇ ਦਿਖਾਓ ਇੱਥੇ ਮੋਬਾਈਲ 'ਚ, ਵੈਰੀ ਗੁੱਡ, ਸੋਹਣੇ ਲੱਗੇ ਤੁਹਾਨੂੰ ਸ਼ੂਜ਼, ਰੋਜ਼ ਪਾ ਕੇ ਆਓਗੇ, ਚਲੋ ਗੁੱਡ, ਵੈਰੀ ਗੁੱਡ। ਅਤੇ ਇੱਕ ਹੋਰ ਬੱਚਾ ਹੈ ਮੇਰੇ ਕੋਲ, ਤੁਹਾਡਾ ਨਾਮ ਕੀ ਆ, ਹਰਮਨ। ਸੋ ਹਰਮਨ ਦੇ ਵੀ ਸੈਂਡਲ, ਹੁਣ ਪੰਜਾਬ ਦੇ ਵਿੱਚ ਜਿਹੜੀਆਂ ਸਰਦੀਆਂ ਸ਼ੁਰੂ ਹੋ ਗਈਆਂ ਨੇ, ਮੋਰਨਿੰਗ 'ਚ ਜਦੋਂ ਮੈਂ ਵੀ ਸੋਚਦੀ ਹਾਂ ਕੀ ਅਸੀਂ ਜੁੱਤੀ ਪਾਈਏ, ਜਿਵੇਂ ਕਿ ਅੱਜ ਮੈਂ ਸੋਚਿਆ ਕਿ ਮੈਂ ਨੋਰਮਲ ਬੈਲੀ ਪਾ ਜਾਂਦੀ ਹਾਂ ਆਪਣੀ ਡਰੈਸ ਨਾਲ, ਅਤੇ ਪਰ ਮੈਂ ਸੋਚਿਆ ਕਿ ਨਹੀਂ, ਠੰਡ ਹੈਗੀ ਆ, ਮੈਂ ਸੌਕਸ ਅਤੇ ਸ਼ੂਜ਼ ਹੀ ਪਾ ਲੈਂਦੀ ਹਾਂ। ਸੋ ਮੈਂ ਇਹ ਸੋਚਿਆ, ਪਰ ਇਹ ਬੱਚੇ ਜਿਹੜੇ ਆ, ਇੱਕ ਬੱਚੀ ਮੈਂ ਤੁਹਾਨੂੰ ਦਿਖਾਤੀ ਜਿਹੜੀ ਨੰਗੇ ਪੈਰੀ ਇੱਥੇ ਆਈ ਆ, ਕਾਫੀ ਦਿਨਾਂ ਤੋਂ ਨੰਗੇ ਪੈਰੀ ਆ ਰਹੀ ਆ, ਅਤੇ ਸ਼ੂਜ਼ ਲੈ ਕੇ ਉਹ ਇੰਨੀ ਖੁਸ਼ ਆ, ਉਹਦੇ ਕਜ਼ਨ ਨੇ ਵੀ ਦੱਸਿਆ ਕਿ ਹਾਂ ਇਹਦੇ ਕੋਲ ਚੱਪਲ ਨਹੀਂ ਹੈਗੀ, ਉਹ ਖੁਦ ਵੀ ਦੱਸ ਰਹੀ ਕਿ ਚੱਪਲ ਉਹਦੇ ਕੋਲ, ਚੱਪਲ ਹੈ ਹੀ ਨਹੀਂ ਆ ਇਸ ਬੱਚੇ ਕੋਲ। ਸੋ ਜਦੋਂ ਅਸੀਂ ਸ਼ੂਜ਼ ਪਾ ਕੇ ਜਾਂ ਅਸੀਂ ਸੌਕਸ ਪਾ ਕੇ ਆ ਰਹੇ ਹਾਂ, ਅਤੇ ਦੇਖੋ ਕਿੰਨੇ ਬੱਚੇ ਨੇ ਜਿਹੜੇ ਸਕੂਲਾਂ ਦੇ ਵਿੱਚ ਬਿਨਾਂ ਚੱਪਲ ਤੋਂ ਵੀ ਆਏ ਹੋਏ ਨੇ, ਉਹਨਾਂ ਨੂੰ ਆਪ ਨਹੀਂ ਆਪਣੀ ਸਿਹਤ ਦਾ ਖਿਆਲ। ਅਤੇ ਮੇਰੇ ਲੱਗੇ ਇੱਕ ਹੋਰ ਬੱਚਾ ਵਾ, ਇਹਦਾ ਸੈਂਡਲ ਵੀ ਬੜੀ ਬੁਰੀ ਤਰ੍ਹਾਂ ਟੁੱਟਿਆ, ਰੋਜ਼ ਸ਼ੂਜ਼ ਪਾ ਕੇ ਆਣੇ ਆ, ਚਲੋ ਜੀ, ਵੈਰੀ ਗੁੱਡ।
ਸੋ ਬੜੇ ਪਿਆਰੇ ਬੱਚੇ ਨੇ, ਬੜਾ ਅੱਛਾ ਲੱਗਾ ਮੈਨੂੰ ਕਕਰਾਲਾ ਦੇ ਵਿੱਚ ਆ ਕੇ। ਸਾਰੇ ਕਕਰਾਲਾ ਦੇ ਨਿਵਾਸੀਆਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਜਿਹੜੇ ਅੱਜ ਸਾਨੂੰ ਇੱਥੇ ਮਿਲਣ ਆਏ ਸੀ, ਅਤੇ ਮੈਨੂੰ ਬਹੁਤ ਅੱਛਾ ਲੱਗਾ। ਜਨ ਸੇਵਾ ਸੁਸਾਇਟੀ ਵੀ ਇੱਥੇ ਅੱਜ ਮੌਜੂਦ ਸੀ, ਇੱਥੋਂ ਦੀ ਲੋਕਲ ਸੁਸਾਇਟੀ ਆ ਮੇਰੇ ਖਿਆਲ 'ਚ, ਅਤੇ ਥੈਂਕ ਯੂ ਕਿ ਤੁਸੀਂ ਇੱਥੇ ਆਏ ਅੱਜ। ਅਤੇ ਇਹ ਬੱਚੇ ਜਿਹੜੇ ਆ ਬੜੇ ਨੀਡੀ ਬੱਚੇ ਨੇ, ਸੋ ਕੁਲਬੀਰ ਕੌਰ ਜੀ ਅਤੇ ਗੁਰਜਿੰਦਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇੰਨੇ ਹੋਰ ਜਾਣਿਆਂ ਨੂੰ ਅੱਜ ਇਸ ਵੀਡੀਓ ਰਾਹੀਂ ਮੋਟੀਵੇਟ ਕਰਤਾ ਕਿ ਸਰਦੀਆਂ ਦੇ ਵਿੱਚ ਵੀ ਬੱਚੇ ਜਿਹੜੇ ਆ ਚੱਪਲਾਂ 'ਚ ਆ ਰਹੇ ਨੇ ਜਾਂ ਨੰਗੇ ਪੈਰੀ ਸਕੂਲ ਆ ਰਹੇ ਨੇ, ਅਤੇ ਉਹਨਾਂ ਨੂੰ ਕਿੰਨੀ ਜ਼ਿਆਦਾ ਜਿਹੜੀ ਆ ਉਹ ਸ਼ੂਜ਼ ਦੀ ਜ਼ਰੂਰਤ ਆ। ਮੇਰੀ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਆ ਕਿ ਸ਼ੂਜ਼ ਕੁਆਲਿਟੀ ਹੋਰ ਵਧੀਆ ਕਰ ਦਿੱਤੀ ਜਾਵੇ, ਅਤੇ ਬੱਚਿਆਂ ਨੂੰ ਸੌਕਸ ਦੇ ਜੋੜੇ ਜ਼ਿਆਦਾ ਦਿੱਤੇ ਜਾਣ, ਜਿਹੜੇ ਜ਼ਿਆਦਾ ਲੋੜਵੰਦ ਦਿਸਦੇ ਆ ਉਹਨਾਂ ਨੂੰ ਜ਼ਿਆਦਾ ਦਿੱਤੇ ਜਾਣ, ਤਾਂ ਕਿ ਉਹ ਬਾਅਦ 'ਚੋਂ ਜਿਹੜੇ ਆ ਸ਼ੂਜ਼ ਵੀ ਜ਼ਰੂਰ ਜਿਹੜੇ ਆ ਉਹ ਪਾ ਕੇ ਆਉਣ, ਉਹਨਾਂ ਨੂੰ ਹੌਲੀ ਹੌਲੀ ਜਿਹੜੀ ਆ ਉਹ ਆਦਤ ਪੈ ਜਾਵੇ। ਸੋ ਬੜੇ ਐਕਟਿਵ ਵਲੰਟੀਅਰਸ ਨੇ ਇਸ ਪਿੰਡ ਦੇ ਵੀ, ਬਹੁਤ ਘੱਟ ਪਿੰਡਾਂ ਵਿੱਚ ਇਹ ਵੇਖਣ ਨੂੰ ਮਿਲਦਾ ਕਿ ਐਕਟਿਵ ਜਿਹੜੇ ਆ ਵਲੰਟੀਅਰ ਹੋਣ, ਜਿਹੜੇ ਫਟਾਫਟ ਖੁਦ ਸ਼ੂਜ਼ ਜਿਹੜੇ ਆ ਪਾ ਰਹੇ ਹੋਣ। ਸੋ ਖੁਦ ਜਿਹੜਾ ਵਾ ਅਸੀਂ ਕਵਰ ਕਰਾਂਗੇ ਕੈਂਪੇਨ ਕਿ ਸਾਰੇ ਸ਼ੂਜ਼ ਜਿਹੜੇ ਆ ਪਵਾ ਰਹੇ ਨੇ। ਸੋ ਕਕਰਾਲਾ ਨਿਵਾਸੀਆਂ ਦਾ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਇਹ ਛੋਟੇ ਜਿਹੇ ਪਿੰਡ ਵਿੱਚ ਮੈਨੂੰ ਆਉਣ ਦਾ ਮੌਕਾ ਮਿਲਿਆ, ਅੱਜ ਮੇਰੀ ਟੀਮ ਨੂੰ ਆਉਣ ਦਾ ਮੌਕਾ ਮਿਲਿਆ। ਸੋ ਅਸੀਂ ਹੁਣ ਬੱਚਿਆਂ ਨੂੰ ਸ਼ੂਜ਼ ਪਵਾਵਾਂਗੇ, ਅਤੇ ਕਿਉਂਕਿ ਜਦ ਲਈ ਵੀਡੀਓ ਲੰਬੀ ਕਰਦੀ ਹੈ ਅਤੇ ਸ਼ੂਜ਼ ਜਿਹੜੇ ਆ ਉਹ ਫਿਰ ਮੇਰੇ ਪਵਾਉਣ ਵਾਲੇ ਰਹਿ ਜਾਂਦੇ ਨੇ, ਅਤੇ ਜਦੋਂ ਮੈਂ ਕਿਸੇ ਕੈਂਪੇਨ 'ਚ ਘੱਟ ਸ਼ੂਜ਼ ਪਵਾਵਾਂ ਜਾਂ ਮੈਂ ਨਾ ਪਵਾਵਾਂ ਤਾਂ ਮੈਨੂੰ ਫਿਰ ਫੀਲ ਹੁੰਦਾ ਕਿ ਮੈਂ ਆਪਣਾ ਕੰਮ ਕੰਪਲੀਟ ਨਹੀਂ ਕੀਤਾ। ਸੋ ਅਸੀਂ ਸ਼ੂਜ਼ ਪਵਾਵਾਂਗੇ, ਅਤੇ ਵੀਡੀਓ ਦੇ ਐਂਡ ਵਿੱਚ ਅਸੀਂ ਇਸ ਸਕੂਲ ਦੇ ਟੀਚਰ ਨੂੰ ਮਿਲਾਂਗੇ, ਉਸ ਬੱਚੇ ਨੂੰ ਮਿਲਾਂਗੇ ਜਿਹਨੂੰ 30 ਤੱਕ ਪਹਾੜੇ ਆਉਂਦੇ ਨੇ, 30 ਤੱਕ ਪਹਾੜੇ ਆਉਂਦੇ ਨੇ ਸੈਕਿੰਡ ਕਲਾਸ ਦੇ ਬੱਚੇ ਨੂੰ, ਉਹਨੂੰ ਅਸੀਂ ਇਸ ਵੀਡੀਓ 'ਚ ਮਿਲਾਂਗੇ ਐਂਡ 'ਚ, ਅਤੇ ਸਕੂਲ ਦੇ ਟੀਚਰਸ ਨੂੰ ਅਸੀਂ ਮਿਲਾਂਗੇ ਵੀਡੀਓ ਦੇ ਐਂਡ ਵਿੱਚ, ਅਤੇ ਇੱਕ ਵਾਰ ਫਿਰ ਆਪਣੇ ਡੋਨਰਸ ਦਾ ਸ਼ੁਕਰੀਆ ਕਰਾਂਗੇ। ਸੋ 10,000 ਦੀ ਇਸ ਸ਼ੂ ਗਿਵਿੰਗ ਮੁਹਿੰਮ ਵਿੱਚ ਪੂਰੇ ਪੰਜਾਬ ਨਿਵਾਸੀਆਂ ਦਾ ਜਾਂ ਜਿੱਥੋਂ ਜਿੱਥੋਂ ਵੀ ਦੇਸ਼ਾਂ ਵਿਦੇਸ਼ਾਂ ਤੋਂ ਸਾਨੂੰ ਜਿੰਨੇ ਵੀ ਹੈਲਪ ਕੀਤੀ ਆ ਜਾਂ ਸਾਨੂੰ ਸਪੋਰਟ ਕੀਤਾ ਹੈ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਜਿਹੜੀ ਸਪੀਡ ਨਾਲ ਇਹ ਕੈਂਪੇਨ ਚੱਲ ਰਿਹਾ ਹੈ, ਮੈਨੂੰ ਲੱਗਦਾ ਕਿ ਜਿਹੜੀ ਮੈਂ ਅਖੀਰਲੀ ਤਰੀਕ ਮਿੱਥੀ ਸੀ ਕਿ 15 ਦਸੰਬਰ ਨੂੰ ਇਸ ਕੈਂਪੇਨ ਨੂੰ ਮੈਂ ਖਤਮ ਕਰਨਾ, ਉਹ ਬਹੁਤ ਪਹਿਲਾਂ ਹੀ ਉਹ ਖਤਮ ਹੋ ਜਾਣਾ ਹੈ, ਬਹੁਤ ਪਹਿਲਾਂ ਹੀ 10,000 ਜਿਹੜੇ ਆ ਉਹ ਮੈਨੂੰ ਲੱਗਦਾ ਕਿ ਕੰਪਲੀਟ ਹੋ ਜਾਣੇ ਨੇ। ਅਤੇ ਚਲੋ ਰੱਬ ਇੱਦਾਂ ਹੀ ਬਖਸ਼ਿਸ਼ ਜਿਹੜੀ ਆ ਉਹ ਕਰਦਾ ਰਹੇ, ਅਤੇ ਅਸੀਂ ਹੁਣ ਆਪਣਾ ਕੈਂਪੇਨ ਜਿਹੜਾ ਉਹ ਕਵਰ ਕਰਦੇ ਹਾਂ। ਸਾਡੇ ਬੜੇ ਅੱਛੇ ਅੱਛੇ ਜਿਹੜੇ ਵਲੰਟੀਅਰਸ ਅੱਜ ਇੱਥੇ ਪਹੁੰਚੇ ਨੇ। ਬੱਚੇ ਹੋਏ
ਕਾਰੀਆਂ ਕਰਨੀਆਂ ਵਾ ਤਿੰਨ ਕਿ ਮੈਂ ਰੋਜ਼ ਬੂਟ ਪਾ ਕੇ ਆਵਾਂਗੀ ਪੱਕਾ ਪ੍ਰੋਮਿਸ ਕਰੋ ਆ ਲੈ ਦੋ ਅਗਲਾ ਆਜੋ
तो सारिया नूं प्यार भरी सत श्री अकाल। अज असीं पिंड ककराला दे विच आ, जिला नाभा। तो इस पिंड विच गुरजिंदर सिंह ते कुलबीर कौर जी, जो कि कैनेडा तो ने, उन्होंने अपने पिंड दे स्कूल नूं स्पोंसर किया है। तो बहुत ही वधिया कारज किया, बिकॉज ये बहुत नीडी स्कूल सी। मोस्ट ऑफ द स्टूडेंट्स जिहड़े आ, 95% ऑफ बच्चे आ, अज भी सर्दियाँ शुरू हो गई ने, वो चप्पलों के आए हैं।
एक बच्ची सी जिहदे कोल चप्पल भी नहीं सी हैगी अज इस स्कूल दे विच, पर कहिंदे कि टैलेंट जिहड़ा है ओह किते भी हो सकदा है, जरूरी नहीं कि ओह कॉन्वेंट स्कूलां दे विच ही बैठा है। असीं तिमोवाल स्कूल दी भी वीडियो बनाई सी जिहदे विच इक फर्स्ट क्लास दी बच्ची सी जिहनूं 23 तक सारे टेबल्स आंदे सी। इस स्कूल दे विच भी बड़े होनहार बच्चे ने, ਭਾਵੇਂ ਉਹਨਾਂ ਕੋਲ ਸ਼ੂਜ਼ ਨਹੀਂ ਹੈਗੇ, ਬਟ ਇਹ ਨਹੀਂ ਕਿ ਉਹ ਮਿਹਨਤ ਨਹੀਂ ਕਰ ਰਹੇ। ਸੋ ਸਾਡੇ ਕੋਲ ਅੱਜ ਫਿਰ ਇੱਕ ਬੱਚਾ ਹੈ ਜਿਹਦਾ ਜਿਹੜਾ ਸੈਕਿੰਡ ਕਲਾਸ ਦਾ ਹੈ, ਅਤੇ 30 ਤੱਕ ਉਹਨੂੰ 30 ਤੱਕ ਜਿਹੜੇ ਪਹਾੜੇ ਉਹਨੂੰ ਚੰਗੀ ਤਰ੍ਹਾਂ ਆਉਂਦੇ ਨੇ, ਅਤੇ ਉਹਨਾਂ ਦੇ ਟੀਚਰ ਨੂੰ ਅਸੀਂ ਮਿਲਾਂਗੇ ਅਤੇ ਬੱਚੇ ਨੂੰ ਅਸੀਂ ਮਿਲਾਂਗੇ, ਅਤੇ ਤਾੜੀਆਂ ਬਣਨੀਆਂ ਜਿਹੜੀਆਂ ਉਹ ਬਹੁਤ ਜ਼ਰੂਰੀ ਨੇ। ਹੈ ਨਾ ਵੀ ਬੈਠੋ 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 ਉਹ ਸਰ ਦੇ ਕੋਲ ਬੈਠੋ। ਸਰ ਨਹੀਂ ਸਿਖਾਇਆ ਤੁਹਾਨੂੰ? ਕਿੰਨੇ ਸਿਖਾਏ ਨੇ ਪਹਾੜੇ ਇਹਨਾਂ ਨੂੰ? ਓਕੇ, ਸਾਰੇ ਟੀਚਰਸ ਠੀਕ ਆ? ਓਕੇ 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 ਠੀਕ ਆ ਠੀਕ ਆ। ਹਾਂਜੀ, ਪਹਿਲਾਂ ਆਪਣੇ ਬਾਰੇ ਦੱਸੋ, ਆਪਣਾ ਨਾਮ? ਮੈਂ ਰਜੇਸ਼ ਕੁਮਾਰ, ETT ਟੀਚਰ, ਪਿਛਲੇ 10 ਸਾਲਾਂ ਤੋਂ ਇਸ ਸਕੂਲ ਦੇ ਵਿੱਚ ਸੇਵਾ ਨਿਭਾ ਰਿਹਾ ਜੀ। ਹਾਂਜੀ, ਅਤੇ ਸਾਡੇ ਬਹੁਤ ਹੀ ਪਿਆਰੇ ਹੋਣਹਾਰ ਬੱਚੇ ਨੇ। ਇਹ ਕਾਰਤਿਕ ਬਾਬਾ ਜੀ ਸੈਕਿੰਡ ਕਲਾਸ ਦਾ ਸਟੂਡੈਂਟ ਹੈ। 30 ਤੱਕ ਟੇਬਲ ਤੁਸੀਂ ਜੋ ਵੀ ਮਰਜ਼ੀ ਇਹ ਤੋਂ ਕਹਿ ਕੇ ਸੁਣ ਸਕਦੇ ਹੋ, ਠੀਕ ਹੈ ਜੀ? ਦੱਸੋ ਕਿਹੜਾ ਸੁਣਾਓਗੇ? 24 ਦਾ ਸੁਣਾਓ, 24 ਦਾ ਪਹਾੜਾ ਸੁਣਾਓ। ਉੱਚੀ 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 ਘਬਰਾਉਣਾ ਨਹੀਂ ਪੁੱਤ, ਸੁਣਾ ਦੋ ਉੱਚੀ ਉੱਚੀ। ਸ਼ਾਬਾਸ਼, ਕੋਈ ਗੱਲ ਨਹੀਂ, ਫਿਰ ਤੂੰ ਸੁਣਾਓ। ਫਿਰ 25 ਦਾ ਸੁਣਾ ਦੋ, ਚਲੋ 13 ਦਾ ਸੁਣਾਓ, 13 ਦਾ ਸੱਠ 30 90 30 150 30 160 ਰੋਜ਼ ਰਿਪੀਟ ਕਰਨਾ ਵਾ, ਰੋਜ਼ ਪ੍ਰੈਕਟਿਸ ਕਰਨੀ ਆ, ਠੀਕ ਆ? ਕਹੋ ਮੈਂ ਰੋਜ਼ ਪ੍ਰੈਕਟਿਸ ਕਰੂੰਗਾ ਤੇ ਫਿਰ ਮੈਂ ਅੱਗੇ ਤੋਂ ਕਦੀ ਨਹੀਂ ਭੁੱਲੂੰਗਾ। ਬੋਲੋ, ਮੈਂ ਰੋਜ਼ ਪ੍ਰੈਕਟਿਸ ਕਰੂੰਗਾ। ਹਾਂ, ਤੇ ਨਹੀਂ ਭੁੱਲੂੰਗਾ ਫਿਰ? ਫਿਰ ਮੈਂ ਨਹੀਂ ਭੁੱਲੂੰਗਾ। ਹਾਂ, ਤੇ ਕਿੱਥੋਂ ਤੱਕ ਟੇਬਲ ਯਾਦ ਕਰੋਗੇ ਦੱਸੋ? ਕਿੰਨੇ ਤੱਕ ਯਾਦ ਕਰੋਗੇ ਅਗਲੀ ਵਾਰੀ ਆਉਂਗੀ ਤੇ? 35 ਤੱਕ। 35 ਤੱਕ, ਚਲੋ ਹੁਣ 30 ਤੱਕ ਕਿਤੇ, ਅਗਲੀ ਵਾਰੀ 35 ਤੱਕ। ਕਦੋਂ ਆਵਾਂ ਮੈਨੂੰ ਦੱਸੋ? ਬੋਲੋ, ਕਦੋਂ ਬੁਲਾਉਣਾ ਮੈਮ ਨੂੰ? 1 ਮਹੀਨੇ ਬਾਅਦ ਹੋ ਜਾਣਗੇ। ਹਾਂ, ਹੁਣ ਭੁੱਲਣੇ ਨਹੀਂ, ਰੋਜ਼ ਤਿਆਰੀ ਕਰਨੀ, ਠੀਕ ਆ? ਵੈਰੀ ਗੁੱਡ। ਸੋ ਇਹ ਸੀ ਕਾਰਤਿਕ। ਕਾਰਤਿਕ, ਹਾਂ, ਤੇ ਤੁਸੀਂ ਕੁਛ ਹੋਰ ਕਹਿਣਾ ਚਾਹੋਗੇ? ਹਾਂਜੀ, ਮੈਂ ਇੱਕ ਵਾਰ ਫਿਰ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਮੈਡਮ ਮਨਦੀਪ ਜੀ ਦਾ, ਜਿਹੜੇ ਸਾਡੀ ਬਹੁਤ ਇੱਛਾ ਸੀ, ਬਹੁਤ ਅਸੀਂ ਕਈ ਸਾਲਾਂ ਤੋਂ ਦੇਖਦੇ ਆ ਰਹੇ ਸੀ, ਅੱਜ ਸਬੱਬ ਮਿਲਿਆ, ਪਹੁੰਚੇ ਨੇ ਸਾਡੇ ਦਰਮਿਆਨ। ਅਤੇ ਇਸ ਪਿੰਡ ਦੇ ਜੰਪਲ ਗੁਰਜਿੰਦਰ ਜੀ ਦਾ ਅਤੇ ਉਹਨਾਂ ਦੇ ਮਿਸਿਸ ਕੁਲਵੀਰ ਜੀ ਦਾ, ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਸਪੋਂਸਰ ਕੀਤਾ। ਸਾਡੇ ਸਕੂਲ ਦੇ ਸਾਰੇ ਤਕਰੀਬਨ 171 ਬੱਚਿਆਂ ਨੂੰ ਬਹੁਤ ਹੀ ਵਧੀਆ ਸ਼ੂਜ਼ ਪਹਿਨਾਏ ਨੇ, ਅਤੇ ਇੱਕ ਵਾਰੀ ਫਿਰ ਸਾਰੇ ਬੱਚਿਆਂ ਵੱਲੋਂ, ਸਟਾਫ ਵੱਲੋਂ, ਨਗਰ ਨਿਵਾਸੀਆਂ ਵੱਲੋਂ ਮੈਂ ਮੈਮ ਦਾ ਤਹਿ ਦਿਲੋਂ ਧੰਨਵਾਦ ਕਰਦਾ। ਥੈਂਕ ਯੂ ਵੈਰੀ ਮੱਚ, ਅਤੇ ਪਰਮਾਤਮਾ ਇਸੇ ਤਰ੍ਹਾਂ ਤੁਹਾਨੂੰ ਬਲ ਬਖਸ਼ੇ ਅਤੇ ਲੋਕ ਸੇਵਾ ਤੁਸੀਂ ਕਰਦੇ ਰਹੋ। ਸਾਰਿਆਂ ਦਾ ਬਹੁਤ ਧੰਨਵਾਦ, ਸਾਰੀ ਟੀਮ ਦਾ, ਥੈਂਕ ਯੂ ਜੀ। ਸੋ ਬਹੁਤ ਹੀ ਅੱਛਾ ਲੱਗਾ ਕਕਰਾਲਾ ਪਿੰਡ ਜ਼ਿਲ੍ਹਾ ਨਾਭਾ 'ਚ ਅੱਜ ਆ ਕੇ, ਅਤੇ ਸਾਰੇ ਜਿਹੜੇ ਇਸ ਪਿੰਡ ਦੇ ਨਿਵਾਸੀ ਅੱਜ ਇਸ ਸਕੂਲ 'ਚ ਜਿਹੜੇ ਪਹੁੰਚੇ ਸੀ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਬਹੁਤ ਤੁਸੀਂ ਮਾਣ ਬਖਸ਼ਿਆ, ਬਹੁਤ ਪਿਆਰ ਕਰਦੇ ਹੋ। ਵਾਕਈ ਮੈਨੂੰ ਇੰਨੀ ਦੂਰ ਆ ਕੇ ਵੀ ਲੱਗਦਾ ਕਿ ਮੈਂ ਸਹੀ ਕੀਤਾ ਹੈ ਕਿ ਮੈਂ ਇੰਨੀ ਦੂਰ ਜਾ ਰਹੀ ਹਾਂ, ਅਤੇ ਇੰਨਾ ਜ਼ਿਆਦਾ ਨੀਡੀ ਸਕੂਲ ਸੀ ਇਹ, ਵਾਕਈ ਇੱਥੇ ਬੜੀ ਲੋੜ ਆ। ਅਤੇ NRIs ਨੂੰ ਮੇਰਾ ਸਲਾਮ ਆ ਕਿ ਜਿਹੜੇ ਆਪਣੀ ਮਿਹਨਤ ਕਰਕੇ ਆਪਣੀ
यू नो ऑनेस्टी की जिहड़ी कमाई आ उह इत्थे अपनी भेजदे ने ते अपने पिंड वल झाकदे ने, अपने पिंड दा जिहड़ा ख्याल रख रहे ने। जे उह इत्थे नहीं आ सकदे, इत्थे नहीं रह सकदे, ते एटलीस्ट उहनां दे दिलां दे विच जिहड़ा वा उह पिंड वसदा है। सो बहुत बहुत शुक्रिया सारयां दा ही, ते इस मुहिम नूं, इस लहर नूं इस कदर चलाउण दा जिहड़ा बहुत ज़्यादा धन्नवाद सारयां दा ही। ते मैनूं बहुत ही खुशी हो रही है, डेली मैनूं सोच के ही बड़ी खुशी हुंदी है कि बहुत जल्दी असीं जो मिथ्या सी उह असीं कंप्लीट करन जा रहे हां। हर एक स्कूल च बच्चों की गिनती की गई आ, किन्ने बच्चों नूं शूज़ दिते गए ने, एक एक शू का जिहड़ा रिकॉर्ड रखिया गया है। तो बहुत ही वधिया तरीके नाल साडे वॉलंटीयर्स, साडे डोनर्स ते साडी टीम ने बहुत ही बखूबी जिहड़ा वा इस लहर दौरान जिहड़ा वो काम किया। तो मैं परमात्मा की बड़ी शुक्रगुजार हाँ कि